ਯਾਰ ਜੀ ਆ ਬਣਾ ਲਗੇ ਆ ਜੀ ਚਿਕਨ ਚੀਜ਼ ਰੈਪ ਇੱਕ ਹੋਰ ਬਣਾ ਲਗੇ ਆ ਫੈਮਿਲੀ ਵਾਲੇ ਤੇ ਇਹ ਤੁਸੀਂ ਤਰੀਕਾ ਸਾ ਸਾਰਾ ਦੱਸਣੇ ਆ ਬਣਾਉਣੇ ਨਾ ਪਹਿਲੇ ਥੱਲੇ ਪਾਈ ਆ ਚੀਜ਼ ਤੇ ਇਹ ਦੇਖੋ ਆ ਚਿਕਨ ਛੋਟਾ ਜਿਹਾ ਚਿਕਨ ਕਰੀ ਦਾ ਬ੍ਰੈਸਟ ਚਿਕਨ ਹੈ ਤੇ ਇਹ ਰੱਪਾਂ ਦੀ ਰੋਟੀ ਹੈ ਠੀਕ ਹੈ ਜੀ ਇਹ ਦੇਖੋ ਜੀ ਥੱਲੇ ਚਿਪਸ ਪਾਏ ਨੇ ਤੇ ਉੱਪਰ ਚੀਜ਼ ਪਾਈ ਹੈ ਪੀਜ਼ੇ ਵਾਲੀ ਚੀਜ਼ ਹੈ ਠੀਕ ਹੈ ਜੀ ਇਸ ਨੂੰ ਰੈਪ ਨੂੰ ਅਸਾਂ ਕਰਦੇ ਆ ਬੰਦ ਇਹ ਲਿਓ ਜੀ ਇਹ ਦੇਖੋ ਇਹ ਲਾਲ ਪੇਸਟ ਲਾਇਆ ਇਸ ਨੂੰ ਜੋੜਨ ਵਾਸਤੇ ਜਿਹੜਾ ਸਮੋਸੇ ਜੋੜਨਾ ਹੁਣ ਬੰਦਾ ਤੇ ਅਸਾਂ ਪੇਸਟ ਲਾਇਆ ਇਹ ਦੇਖੋ ਜੀ ਇਹ ਹੁਣ ਦੁੱਧਾਂ ਚ ਅਸੀਂ ਡਿਪ ਕੀਤਾ ਹੋਇਆ ਦੋਵਾਂ ਸਾਈਡਾਂ ਤੋਂ ਕਰਾਂਗੇ ਡਿਪ ਪਹਿਲੇ ਤੇ ਫਿਰ ਉਸ ਤੋਂ ਬਾਅਦ ਇਹ ਮਸਾਲੇ ਨੇ ਦੋ ਜਿਹੜੇ ਹਰ ਬੰਦੇ ਦੀ ਆਪਣੀ ਮਰਜ਼ੀ ਹੈ ਜਿਹੜਾ ਮਰਜ਼ੀ ਮਸਾਲਾ ਟਰਾਈ ਕਰੋ ਦੋਵੇਂ ਜ਼ਬਰਦਸਤ ਮਸਾਲੇ ਨੇ ਜਿੱਥੋਂ ਮਰਜ਼ੀ ਲੈ ਸਕਦੇ ਹੋ ਇਹ ਹੁਣ ਅਸਾਂ ਡਿਪ ਕਰਨ ਤੋਂ ਬਾਅਦ ਮਸਾਲਾ ਲਾਵਾਂਗੇ ਠੀਕ ਹੈ ਜੀ ਮਸਾਲੇ ਚ ਮਿਕਸ ਕਰਾਂਗੇ ਇਸ ਨੂੰ ਤੇ ਫਿਰ ਉਸ ਤੋਂ ਬਾਅਦ ਇਸ ਨੂੰ ਪਾਉਂਗੇ ਫਰਾਈ ਚ ਤਲਾਂਗੇ ਇਸ ਨੂੰ ਇਹ ਦੇਖੋ ਜੀ ਇਸਨੂੰ ਹੁਣ ਫੋਲਡ ਕਰ ਦਿੱਤਾ ਇਸ ਨੂੰ ਸ਼ੇਪ ਦੇ ਦਿੱਤੀ ਹੈ ਤਕਰੀਬਨ ਸਮੋਸੇ ਦੀ ਹੈ ਸਮਝ ਲਓ ਤੇ ਇਹ ਹੋਈ ਗਿਆ ਹੁਣ ਤਿਆਰ ਇਸੀ ਹੁਣ ਅਸਾਂ ਰੱਖਾਂ ਤਾਂ ਹੁਣ ਬਸ ਆ ਕੜਾਹੀ ਚ ਇਹ ਦੇਖੋ ਬਾਕੀ ਸਮਾਨ ਜਿਹੜਾ ਪਿਆ ਇੱਥੇ ਸਾਡਾ ਇਹ ਦੇਖੋ ਜੀ ਪਹਿਲੇ ਇਸ ਤਰ੍ਹਾਂ ਸੀ ਤੇ ਇਹ ਮਸਾਲਾ ਲਾ ਕੇ ਉਸ ਤੋਂ ਬਾਅਦ ਇਹ ਦੇਖੋ ਇਹ ਮਸਾਲਾ ਜਿਹਨੂੰ ਲੱਗ ਗਿਆ ਹੋਵੇ ਤੇ ਇਹ ਇਸਨੂੰ ਹੁਣ ਅਸਾਂ ਭੇਜ ਸੱਟਨੇ ਆ ਕੜਾਹੀ ਇਹ ਆਰਾਮ ਨਾਲ ਰੱਖਾਂਗੇ ਕੜਾਹੀ ਚ ਇਹ ਦੇਖੋ ਜੀ ਤੇਲ ਇਸ ਦੇ ਉੱਤੇ ਪਾ ਦੇਣਾ ਤੇ ਇਹ ਹੁਣ ਪੱਕ ਜਾਏਗਾ ਆਪਣੀ ਤੇ ਜੇ ਉਹਦਾ ਪੱਕਦਾ ਵੀ ਤੁਹਾਨੂੰ ਦੱਸਦੇ ਹਾਂ ਨਾਲ ਦੇਖੋ ਚਿਪਸ ਵੀ ਤਿਆਰ ਹੋ ਗਏ ਤੇ ਇਸਦੇ ਵਿੱਚ ਵੀ ਚਿਪਸ ਪਾਏ ਮੈਂ ਦੇਖੋ ਚਿਕਨ ਪਕਾਇਆ ਸਹੀ ਹੁਣ ਤਿਆਰ ਹੁੰਦਾ ਤਾਂ ਵੀ ਤੁਹਾਨੂੰ ਦੱਸਦੇ ਹਾਂ ਲਿਓ ਜੀ ਹੁਣ ਚੈੱਕ ਕਰਦੇ ਹਾਂ ਇਸਨੂੰ ਖਾ ਕੇ ਦੇਖੋ ਚੀਜ਼ ਕਿਸ ਤਰ੍ਹਾਂ ਸਹੀ ਮਾਈਲਡ ਹੋਈ ਹੈ ਜੀ